ਬਹੁਤ ਵਧੀਆ ਮੂਵੀ ਸੀ ਤੇ ਕਮਲ ਜੀ ਦਾ ਕਿਰਦਾਰ ਕਿਦਾਂ ਲੱਗਾ ਬਹੁਤ ਵਧੀਆ ਕਿਰਦਾਰ ਸੀ ਉਹਨਾਂ ਦਾ ਅੱਛਾ ਜੋ ਉਹਨਾਂ ਨੇ ਸਮਾਜ ਦੀ ਸਚਾਈ ਦਿਖਾਈ ਆ ਕਿ ਪਿੰਡਾਂ ਦੇ ਸਰਪੰਚ ਤੋਂ ਲੈ ਕੇ ਉੱਪਰ ਤੱਕ ਜਿੱਦਾਂ ਕਰਾਪਸ਼ਨ ਹੁੰਦੀ ਆ ਲੋਕਾਂ ਨਾਲ ਖਿਲਵਾੜ ਹੁੰਦਾ ਉਹ ਕਹਾਣੀ ਕਿੰਨੀ ਕੁ ਹਕੀਕਤ ਲੱਗੀ ਤੁਹਾਨੂੰ ਇਹ ਹਕੀਕਤ ਬਹੁਤ ਆ ਜੀ ਆਪਣੇ ਹੁਣ ਲੀਡਰਾਂ 'ਚ ਇੰਨੀ ਕਰਪਸ਼ਨ ਹੈਗੀ ਆ ਉਹ ਹੁਣ ਆਪਾਂ ਨੂੰ ਹੌਲੀ ਹੌਲੀ ਮੂਵੀ ਰਾਹੀਂ ਵੀ ਪਤਾ ਲੱਗਦਾ ਉਹ ਵੀ ਵੈਸੇ ਵੀ ਅਸੀਂ ਪਹਿਲਾਂ ਤੋਂ ਪਤਾ ਹੀ ਆਪਾਂ ਨੂੰ ਕਿੰਨੀ ਕਰਪਸ਼ਨ ਆ ਉਹਨਾਂ ਨੇ ਨੰਗਾ ਚਿੱਠਾ ਲੋਕਾਂ ਮੂਹਰੇ ਰੱਖਿਆ ਵੀਰ ਜੀ ਚੇਤਾ ਸਿੰਘ ਮੂਵੀ ਦੇਖ ਕੇ ਆਏ ਹੋ ਕਿੱਦਾਂ ਲੱਗਾ ਬਹੁਤ ਸੋਹਣੀ ਪਰਿਵਾਰਕ ਮੂਵੀ ਆ ਕਮਲਜੀਤ ਜੀ ਦੀ ਕਿੱਦਾਂ ਲੱਗੀ ਐਕਟਿੰਗ ਬਹੁਤ ਸੋਹਣੀ ਐਕਟਿੰਗ ਹੈ ਬੈਸਟ ਮੂਵੀ ਆ ਮੂਵੀ ਸੱਚ ਦੇ ਰੂਪ ਨੂੰ ਲੱਗੀ ਹਾਂਜੀ ਹਾਂਜੀ ਬਹੁਤ ਸੱਚ ਦੇ ਰੂਪ ਤੇ ਆ ਇਨਸਾਫ ਦੇ ਤੌਰ ਤੇ ਬਹੁਤ ਸੋਹਣੀ ਮੂਵੀ ਬਣਾਈ ਹੈ ਅੱਛਾ ਜੀ ਤੁਸੀਂ ਇੱਕ ਔਰਤ ਹੋ ਹਨਾ ਜੋ ਕੁਝ ਉਹਨਾਂ ਨੇ ਮੂਵੀ ਵਿੱਚ ਵਿਖਾਇਆ ਕਿ ਲੜਕੀਆਂ ਨੂੰ ਔਰਤਾਂ ਨੂੰ ਕੀ ਕੀ ਤਸ਼ੱਦਰ ਝੱਲਣਾ ਪੈਂਦਾ ਤੁਹਾਨੂੰ ਲੱਗਦਾ ਉਹ ਹਕੀਕਤ ਆ ਜੀ ਰਾਈਟ ਬਿਲਕੁਲ ਰਾਈਟ ਤੇ ਉਹਨਾਂ ਨੇ ਜੋ ਉਹਨਾਂ ਦੇ ਬ੍ਰਦਰ ਨੂੰ ਉਹਨਾਂ ਲਈ ਕੀਤਾ ਉਹ ਵੀ ਬਹੁਤ ਵਧੀਆ ਕੀਤਾ ਕਿ ਹਰ ਇੱਕ ਬ੍ਰਦਰ ਨੂੰ ਆਪਣੀ ਸਿਸਟਰ ਲਈ ਇਦਾਂ ਕਰਨਾ ਚਾਹੀਦਾ ਤਾਂ ਕਿ ਬਾਕੀ ਜਿਹੜੇ ਹੈਗੇ ਆ ਨੌਜਵਾਨ ਉਹਨਾਂ ਨੂੰ ਵੀ ਪਤਾ ਲੱਗੇ ਕਿ ਔਰਤ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਆ ਜਿੰਨਾ ਉਹਨਾਂ ਦੀ ਮਦਰ ਹੈ ਸਿਸਟਰ ਉਹਨਾਂ ਹੀ ਦੂਜੀਆਂ ਲੇਡੀਜ਼ ਦੀ ਇੱਜ਼ਤ ਕਰਨਾ ਉਹਨਾਂ ਦਾ ਸਭ ਤੋਂ ਪਹਿਲਾਂ ਰਾਈਟ ਬਣਦਾ ਜਪਜੀ ਖਹਿਰਾ ਜੀ ਦੀ ਐਕਟਿੰਗ ਕਿੱਦਾਂ ਲੱਗੀ ਬਹੁਤ ਬੈਸਟ ਜੀ ਲੋਕਾਂ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਮੂਵੀ ਵੇਖ ਕੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਵਾਸਤੇ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਮਤਲਬ ਕੋਈ ਵੀ ਕਿਸੇ ਦੇ ਨਾਲ ਗਲਤ ਕਰਦਾ ਗਾ ਉਹਨੂੰ ਆਪਦੇ ਲਈ ਹਮੇਸ਼ਾ ਸਟੈਂਡ ਲੈਣਾ ਚਾਹੀਦਾ ਇਨ ਕੇਸ ਅਗਰ ਆਪਾਂ ਇਕੱਲੇ ਵੀ ਹਾਂ ਤਾਂ ਆਪਾਂ ਨੂੰ ਖੁਦ ਲਈ ਸਟੈਂਡ ਹੋਣਾ ਚਾਹੀਦਾ ਅਤੇ ਸਾਰਿਆਂ ਲਈ ਮੈਸੇਜ ਦਿੰਦੇ ਹਾਂ ਕਿ ਹਰ ਇੱਕ ਦੀ ਇੱਜ਼ਤ ਕਰਨ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਅੱਛਾ ਲੋਕਾਂ ਨੂੰ ਸੱਦਾ ਦਿਓਗੇ ਵੱਧ ਤੋਂ ਵੱਧ ਮੂਵੀ ਵੇਖ ਕੇ ਜਾਣ ਚਾਹੀਦਾ ਬਿਲਕੁਲ ਜੀ ਮੂਵੀ ਦੇਖਣ ਬਿਲਕੁਲ ਆ ਕੇ ਬਹੁਤ ਸੋਹਣੀ ਪਰਿਵਾਰਕ ਮੂਵੀ ਹੈ ਮੈਂ ਵਧੀਆ ਸੀਗੀ ਵਧੀਆ ਲੱਗੀ ਹਾਂਜੀ ਕਮਲ ਜੀ ਦਾ ਕਿਰਦਾਰ ਕਿੱਦਾਂ ਲੱਗਾ ਬਹੁਤ ਗੁੱਡ ਅੱਛਾ ਕਹਾਣੀ ਕਿੰਨੀ ਕੁ ਸੱਚਾਈ ਬਿਆਨ ਕਰਦੀ ਮੈਮ ਠੀਕ ਹੈ ਜੇ ਸਹੀ ਸੋਚੀਏ ਤਾਂ ਬਹੁਤ ਵਧੀਆ ਚੀਜ਼ ਆ ਜੇ ਮੰਨ ਕੇ ਚਲੋ ਬਹਿ ਕੇ ਵੀ ਮੁੜਨਾ ਫੇਰ ਨਹੀਂ ਆਪਾਂ ਕਹਿ ਸਕਦੇ ਉਹ ਕੁਝ ਦਿਖਾਇਆ ਗਿਆ ਕਿ ਔਰਤਾਂ 'ਤੇ ਜੋ ਤਸ਼ੱਦਦ ਹੁੰਦਾ ਜਾਂ ਸਮਾਜ ਵਿੱਚ ਆਪਣੇ ਪਿੰਡਾਂ ਦੇ ਸਰਪੰਚ ਨੇ ਸਰਪੰਚ ਤੋਂ ਲੈ ਕੇ ਉੱਪਰ ਤੱਕ ਜੋ ਕੁਝ ਲੋਕਾਂ ਨਾਲ ਹੁੰਦਾ ਉਹ ਕਿੰਨੀ ਕੁ ਹਕੀਕਤ ਲੱਗੀ ਬਹੁਤ ਵਧੀਆ ਹਕੀਕਤ ਹੀ ਹੈ ਮੈਡਮ ਜੇ ਸੋਚਿਆ ਜਾਵੇ ਤਾਂ ਪਿੰਡ ਤੌਰ ਦੇ ਉੱਤੇ ਤਾਂ ਆਪਾਂ ਨੂੰ ਇਹਦੇ ਉੱਤੇ ਮੁੱਦਾ ਉਠਾਉਣਾ ਚਾਹੀਦਾ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਜਪਜੀ ਖਹਿਰਾ ਜੀ ਦਾ ਰੋਲ ਕਿੱਦਾਂ ਲੱਗਾ ਬਹੁਤ ਵਧੀਆ ਲੱਗਿਆ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਇੱਕ ਵਾਰ ਦੇਖੋ ਤਾਂ ਉਹ ਜਿਹੜੇ ਪਿੰਡਾਂ ਦੇ ਕਾਰਨਾਮੇ ਹੁੰਦੇ ਉਹਨਾਂ ਬਾਰੇ ਆਪਾਂ ਨੂੰ ਸੱਚਾਈ ਦਾ ਪਤਾ ਲੱਗ ਸਕਦਾ ਸੁਪਰ ਅੱਛਾ ਜੀ ਕਹਾਣੀ ਦਾ ਕਨਸੈਪਟ ਕਿੱਦਾਂ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਹਕੀਕਤ ਦੇ ਨੇੜੇ ਲੱਗਾ ਜਾਂ ਮਤਲਬ ਰੀਅਲ 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 ਅੱਛਾ ਕਮਲ ਜੀ ਦੀ ਐਕਟਿੰਗ ਕਿੱਦਾਂ ਲੱਗੀ ਸੁਪਰ ਹਾਂਜੀ ਜਪਜੀ ਖਹਿਰਾ ਜੀ ਸਾਰੀ ਵਧੀਆ ਸੀ ਬਹੁਤ ਵਧੀਆ ਲੱਗੀ ਕਹਾਣੀ ਕਿੰਨੀ ਕੁ ਸੱਚਾਈ ਬਿਆਨ ਕਰਦੀ ਹੈ ਕਹਾਣੀ ਬਹੁਤ ਜ਼ਿਆਦਾ ਸੱਚਾਈ ਬਿਆਨ ਕਰਦੀ ਹੈ ਅੱਛਾ ਜਪਜੀ ਖਹਿਰਾ ਜੀ ਦਾ ਰੋਲ ਕਿੱਦਾਂ ਲੱਗਾ ਬਹੁਤ ਵਧੀਆ ਜੀ ਜਿਹੜੇ ਮੁੱਖ ਕਿਰਦਾਰ ਵਿੱਚ ਨੇ ਕਮਲ ਪ੍ਰਿੰਸ ਉਹਨਾਂ ਦਾ ਕਿੱਦਾਂ ਉਹ ਤਾਂ ਕੋਟਕਪੂਰ ਦੇ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਵਧੀਆ ਜੀ ਅੱਛਾ ਕਹਾਣੀ ਕਿੱਦਾਂ ਲੱਗੀ ਫਿਲਮ ਦੀ ਬਹੁਤ ਸੋਹਣੀ ਸੀ ਵੀਰ ਜੀ ਚੇਤਾ ਸਿੰਘ ਮੂਵੀ ਵੇਖ ਕੇ ਆਏ ਹੋ ਕਿੱਦਾਂ ਲੱਗੀ ਬਹੁਤ ਵਧੀਆ ਲੱਗੀ ਮੈਡਮ ਜੀ ਬਹੁਤ ਸੋਹਣੀ ਹਕੀਕਤ ਦੇ ਨੇੜੇ ਆ ਹਾਂਜੀ ਹਾਂਜੀ ਬਹੁਤ ਸੱਚ ਬਿਆਨ ਕੀਤਾ ਹਾਂਜੀ ਹਾਂਜੀ ਬਹੁਤ ਕਮਲ ਜੀ ਦਾ ਰੋਲ ਕਿੱਦਾਂ ਲੱਗਾ ਬਹੁਤ ਵਧੀਆ ਲੱਗਾ ਜਪਜੀ ਖਹਿਰਾ ਜੀ ਨੇ ਪੁਲਿਸ ਇੰਸਪੈਕਟਰ ਦਾ ਰੋਲ ਕੀਤਾ ਕਿੱਦਾਂ ਲੱਗਾ ਬਹੁਤ ਵਧੀਆ ਲੱਗਾ ਮੈਡਮ ਜੀ।